ਗਏ ਨੂੰ ਇੱਕ ਸਾਲ ਅਤੇ ਦੋ ਮਹੀਨੇ ਹੋ ਚੱਲੇ ਹਨ ਅਤੇ ਉੱਥੇ ਅਮਰੀਕਾ ਗਏ ਨੂੰ ਅਤੇ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦਾ ਸੀ ਪੈਸੇ ਪੂਸੇ ਤੁਹਾਨੂੰ ਪਤਾ 40-45 ਲੱਖ ਰੁਪਈਆ ਚੁੱਕ ਚੁਕਾ ਕੇ ਘਲਾਇਆ ਸੀ ਕੋਈ ਇਸ ਤਰ੍ਹਾਂ ਲਿਮਟਾਂ ਬਣਾ ਕੇ ਅਤੇ ਉੱਥੇ ਕਾਰੋਬਾਰ ਕਰਦਾ ਸੀ ਅਤੇ ਆਹ ਹੁਣ ਲਾਇਸੈਂਸ ਲੂਸੈਂਸ ਉਹਨੇ ਬਣਾਇਆ ਗੱਡੀ ਦਾ ਅਤੇ ਅਚਨਚੇਤ ਹੀ ਕਿਤੇ ਗੁਰਦੁਆਰੇ ਮੱਥਾ ਟੇਕਣ ਗਏ ਰੱਬ ਦਾ ਸ਼ੁਕਰਾਨਾ ਕਰਨ ਵਾਸਤੇ ਜਦੋਂ ਵਾਪਸ ਉੱਥੋਂ ਮੁੜੇ ਆ ਅਤੇ ਕਿਤੇ ਉਹ ਟਰਾਲਾ ਟਰੂਲਾ ਉਹਨਾਂ ਦਾ ਆਉਂਦਾ ਸੀ ਉਹਦੇ ਨਾਲ ਸਿੱਧਾ ਬੱਚਾ ਅਤੇ ਉਹ ਡੈਡ ਹੋ ਗਿਆ। ਕਿੰਨੇ ਬੱਚੇ ਤੁਹਾਡੇ ਤੇ? ਮੇਰੇ ਦੋ ਬੱਚੇ, ਇੱਕ ਵੱਡਾ ਆ ਅਤੇ ਇੱਕ ਇਹ ਛੋਟਾ ਸੀ ਸਾਰਿਆਂ ਤੋਂ, ਦੋ ਬੇਟੀਆਂ ਵੱਡੀਆਂ, ਚਾਰ ਬੱਚੇ ਆ। ਬੱਚੇ ਦੋ ਬੇਟੀਆਂ ਵਿਆਹੀਆਂ ਨੇ ਅਤੇ ਦੋਨੇ ਬੇਟੇ ਵਿਆਹੁਣ ਵਾਲੇ ਛੋਟੇ। ਪਰਿਵਾਰ ਦੇ ਹਾਲਾਤ ਕਿਵੇਂ ਦੇ? ਪਰਿਵਾਰ ਦੇ ਹਾਲਾਤ ਤੁਹਾਨੂੰ ਪਤਾ, ਇਹੋ ਵੀ ਕਰਜ਼ਾ ਕੁਰਜ਼ਾ ਚੁੱਕ ਕੇ ਘਲਾਇਆ ਸੀ। ਚਲੋ ਆਸਤਾ ਤੋਂ ਉਹਦੇ ਸਿਰ 'ਤੇ ਉਮੀਦ ਸੀ ਵੀ ਉਹ ਚਲੋ ਪੈਸੇ ਘਲਾਈ ਜੂ ਅਤੇ ਨਾਲ ਨਾਲ ਲਾਈ ਜਾਵਾਂਗੇ। ਹੋਰ ਤੁਹਾਨੂੰ ਪਤਾ ਇੱਥੇ ਤਾਂ ਬਹੁਤ ਜ਼ਿਆਦਾ ਵੱਡੀ ਸੱਟ ਵੱਜੀ ਆ ਅਤੇ ਹੁਣ ਸਾਡੀ ਇਹੋ ਮੰਗ ਆ ਵੀ ਸਾਡੀ ਉਹ ਡੈੱਡ ਬਾਡੀ ਜਿਹੜੀ ਆ ਸਰਕਾਰ ਦੀ ਗਾੜੀ ਉਮੀਦ ਆ ਵੀ ਅਖੀਰਲੀ ਵਾਰੀ ਤੁਹਾਡੀ ਗੱਲ ਕਰੋ ਜੀ ਤੁਹਾਡੇ ਕੋਲ। ਹਾਂਜੀ, ਅਖੀਰਲੀ ਵਾਰੀ ਕਦੋਂ ਗੱਲ ਹੋਈ ਤੁਹਾਡੇ ਬੱਚੇ ਨਾਲ ਤੁਹਾਡੀ? ਮੇਰੀ ਕੱਲ੍ਹ ਨਹੀਂ ਗੱਲ, ਪਰਸੋਂ ਗੱਲ ਹੋਈ। ਰਾਜੀਵ ਬਾਜੀ ਪੁੱਛਿਆ ਠੀਕ ਠਾਕ ਹੈ, ਗੋਡਿਆਂ ਬਾਰੇ ਪੁੱਛਿਆ, ਮੈਂ ਗੋਡੇ ਗਾਡੇ ਪਾਏ ਹਨ ਅਤੇ ਉਹਨਾਂ ਕਿਹਾ ਠੀਕ ਠਾਕ ਹੈ ਅਤੇ ਹੋਰ ਆਪਣਾ ਉਹਨੇ ਖੇਤੀਬਾੜੀ ਬਾਰੇ ਪੁੱਛਿਆ, 5-4 ਮਿੰਟ ਗੱਲ ਕੀਤੀ। ਚਲੋ ਬਹੁਤਾ ਚਿਰ ਮੁੜ ਕੇ ਆਪਣੀ ਮੰਮੀ ਨੇ ਕੀਤੀ ਆ ਅਤੇ ਬਸ ਇੰਨਾ ਚਿਰ ਹੀ ਗੱਲ ਉਹਨੇ ਕੀਤੀ। ਬੱਚਾ ਤੁਹਾਡਾ ਆਰਥਿਕ ਹਾਲਾਤ ਸੁਧਾਰਨ ਗਿਆ ਸੀ ਘਰ ਦੇ? ਹਾਂ, ਆਰਥਿਕ ਸੁਧਾਰਨ ਗਿਆ ਸੀ। ਕਿਉਂ ਨਾ, ਸ਼ੌਂਕ ਹੀ ਨਾਲ ਤਾਂ ਮੈਂ ਜਾਣਾ ਹੀ ਉੱਥੇ ਕਿ ਆਉਂਦਾ ਹੀ ਇੰਨਾ ਚਿਰ ਸਾਡਾ ਬੋਝ ਨਹੀਂ ਲੱਗ ਸਕਦਾ ਜਿੰਨਾ ਚਿਰ ਅਸੀਂ ਅਮਰੀਕਾ 'ਚ ਨਾ ਕਮਾਈ ਕਰਕੇ ਲਿਆਵਾਂਗੇ ਅਤੇ ਕੋਈ ਨਾ ਕੋਈ ਫਿਰ ਸਾਡਾ ਆਰਥਿਕ ਹਾਲਤ ਜਿਹੜੀ ਆ ਉਹ ਚੰਗੀ ਬਣ ਜਾਏਗੀ। ਜੁਗਰਾਜ ਸਿੰਘ ਜੀ ਸਾਡਾ ਛੋਟਾ ਭਰਾ ਸੀ ਜੋ ਕਿ ਇਮਰਾਹੀਮਪੁਰਾ ਦਾ ਰਹਿਣ ਵਾਲਾ ਸੀ, ਜੋ 2023 ਦੀ ਜਨਵਰੀ ਦੀ ਲੋਹੜੀ ਦੇਖ ਕੇ ਘਰੋਂ ਤੁਰਿਆ ਸੀ ਡੌਂਕੀ ਰਾਹੀਂ, ਜੋ ਕਿ 45 ਦਿਨਾਂ ਬਾਅਦ ਅਮੈਰੀਕਾ ਪਹੁੰਚਿਆ ਸੀ, ਜੋ ਕਿ ਅੱਜ ਅੰਮ੍ਰਿਤ ਵੇਲੇ 3 ਵਜੇ ਜੋ ਉਹਨੇ ਆਪਣੀ ਫੋਟੋ ਸ਼ੇਅਰ ਕੀਤੀ ਸੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ, ਜੋ ਕਿ ਉਹਦਾ ਲਾਇਸੈਂਸ ਬਣ ਗਿਆ ਸੀ ਗੱਡੀ ਦਾ। ਉਸ ਤੋਂ ਬਾਅਦ ਉਹ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਜੋ ਕਿ ਅਚਨਚੇਤ ਉਹਦਾ ਐਕਸੀਡੈਂਟ ਹੋ ਗਿਆ।